पहली बार देखा कि एम एल ए आप पानी च घूम रहा है। आप देखो निकर दे विच तुरे फिरदे आ जी, रोटी पानी छड्डी फिरदे आ, जिते कोई मिलदा माड़ा मोटा कुछ खा लईदा जी। एस डी एम साहब नूं पुछिया, डिपार्टमेंट नूं पुछिया, कहिंदे कोई नहर नहीं वड्डी, कहिंदे सानूं भुलेखा पै गया जी। लैन जिते पहलां तां हैलीकाप्टरां ते आउंदे सी, हाँ जी पुराने ने सर्वे कीता महलां दे विचों ही, उत्थे बैठे बैठे दो तीन फोटोआं खिच के उही पाई जाणियां, अखबारां च छपा देणियां। ਤੇ ਸਰਕਾਰ ਉਹਨਾਂ ਖਰਚਾ ਤਾਂ ਨਹੀਂ ਦੇ ਸਕਦੀ ਇਹਨਾਂ ਬਣਦਾ, ਪਰ ਜੋ ਮੁਆਵਜ਼ਾ ਬਣਦਾ, ਜੋ ਤੁਹਾਡਾ ਜੈਨੂਇਨ ਤਰੀਕਾ। ਉਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੋ ਦੇਵ ਮਾਨ ਖੁਦ ਪਾਣੀ ਦੀ ਰਿਐਲਿਟੀ ਚੈੱਕ ਕਰਨੇ ਘਰਾਂ ਦੇ ਖੇਤਾਂ ਦੇ ਵਿੱਚ, ਮਾਨ ਸਾਹਿਬ ਪਹਿਲੇ ਐਮਐਲਏ ਦੇਖਣੇ ਨਾਭਾ ਦੇ ਵਿੱਚ ਜੋ ਖੁਦ ਇੰਨਾ ਪਾਣੀ ਦੇ ਵਿੱਚ ਨਜ਼ਰ ਆਏ ਨੇ, ਪਹਿਲਾਂ ਵਾਲੇ ਮੰਤਰੀ ਵੀ ਰਹਿ ਚੁੱਕੇ ਨਾਭਾ ਤੋਂ, ਉਸਾਲ ਸਿੰਘ ਜਾਂ ਹੋਰ ਵੀ ਕਈ ਐਮਐਲਏ ਰਹਿ ਚੁੱਕੇ ਨੇ, ਕਦੇ ਨਜ਼ਰ ਨਹੀਂ ਆਏ। ਦੇਖੋ ਜਦੋਂ ਮੈਂ ਐਮਐਲਏ ਨਹੀਂ ਸੀਗਾ ਜੀ, ਉਦੋਂ ਵੀ ਮੈਂ ਸਹੀ ਤਰੀਕੇ ਨਾਲ ਜਾਂਦਾ ਸੀਗਾ ਔਰ ਹਰ ਚੀਜ਼ ਗਰਾਊਂਡ ਲੈਵਲ 'ਤੇ ਚੈੱਕ ਕਰਦੇ ਸੀ। ਹੁਣ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸੰਗਤ ਨੇ ਕਿਰਪਾ ਕੀਤੀ ਹੈ ਔਰ ਇਹ ਡਿਊਟੀ ਬਣਦੀ ਹੈ ਜੀ। ਮੈਨੂੰ ਖੋਖ ਪਿੰਡ ਮੈਂ ਗਿਆ, ਉਹ ਕਹਿੰਦੇ ਜੀ ਪਹਿਲੀ ਵਾਰੀ ਦੇਖਿਆ ਕਿ ਐਮ ਐਲ ਏ ਆਪ ਪਾਣੀ 'ਚ ਘੁੰਮ ਰਿਹਾ, ਨਹੀਂ ਤਾਂ ਇੱਥੇ ਤਾਂ ਹੜ੍ਹ ਆ ਜਾਂਦਾ ਸੀ, ਅਗਲੀ ਫਸਲ ਲੱਗ ਜਾਂਦੀ ਸੀ, ਮਿੰਨਤਾਂ ਕਰਦੇ ਰਹਿੰਦੇ ਵੀ ਪਟਵਾਰੀ ਆ ਜਾਵੇ, ਕੋਈ ਪਟਵਾਰੀ ਆ ਜਾਵੇ, ਸਾਡਾ ਕੋਈ ਗਿਰਦਾਵਰੀ ਕਰ ਦੇਵੇ, ਉਹ ਵੀ ਨਹੀਂ ਸੀ ਆਉਂਦਾ। ਜੇ ਕੋਈ ਆਉਂਦਾ ਸੀ ਦੋ ਚਾਰ ਜਣਿਆਂ ਦੇ ਘਰੇ ਬਹਿ ਕੇ ਉੱਥੇ ਲਿਖ ਕੇ ਕਾਰਵਾਈ ਬਸ ਕਰਕੇ ਫਿਰ ਆਪਣੇ ਸਿਹਤਿਆਂ ਨੂੰ ਪੈਸੇ ਦਵਾ ਕੇ ਚਲੇ ਜਾਂਦਾ ਸੀ। ਪਰ ਹੁਣ ਅਸੀਂ ਸਾਡਾ ਪਟਵਾਰੀਆਂ ਦਾ ਪੈਨਲ, ਪੰਚਾਇਤ ਸੈਕਟਰੀਆਂ ਦਾ ਪੈਨਲ, ਐਸ ਡੀ ਐਮ ਨਾਭਾ ਤਰਸੇਮ ਚੰਦ ਜੀ, ਡੀ ਐਸ ਪੀ ਨਾਭਾ ਦਵਿੰਦਰ ਅਤਰੀ ਜੀ, ਐਸ ਐਚ ਓ, ਸਾਰੀ ਪੁਲਿਸ ਜਿਹੜੀ ਆ ਪੂਰੀ ਮੁਸ਼ਤੈਦ ਕੀਤੀ ਹੈ, ਡਿਊਟੀਆਂ ਚੈੱਕ ਕਰ ਰਹੇ ਹਾਂ, ਸਾਰੀਆਂ ਸਰਕਾਰੀ ਡਿਊਟੀਆਂ ਕੈਂਸਲ ਕਰਤੀਆਂ ਨੇ। ਮੈਂ ਆਪ ਤੀਜਾ ਦਿਨ ਆ ਜੀ, ਅੱਜ ਰਾਤ ਨੂੰ ਸਿਰਫ 2 ਘੰਟੇ ਸੌਣਾ, ਰਾਤ ਨੂੰ ਕਿੱਥੇ ਪਾਣੀ ਦਾ ਲੈਵਲ ਕੀ ਆ, ਡਿਪਾਰਟਮੈਂਟ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ। ਇੱਥੇ ਡੀ ਸੀ ਸਾਹਿਬ ਮੈਡਮ ਸ਼ਾਕਸੀ ਸਾਨੇ ਜੀ ਬਹੁਤ ਕਮਾਲ ਦਾ ਕੰਮ ਕਰ ਰਹੇ ਆ, ਤੇ ਉਹਨਾਂ ਪਾਣੀ ਦੇ ਵਿੱਚ ਨਜ਼ਰ ਆਉਂਦੇ ਨੇ, ਪਾਣੀ ਦੇ ਵਿੱਚ, ਹਾਂ ਬਿਲਕੁਲ। ਐਸ ਐਸ ਪੀ ਪਟਿਆਲਾ ਵਰਨ ਸ਼ਰਮਾ ਜੀ, ਉਹ ਬਹੁਤ ਮੁਸ਼ਤੈਦੀ ਨਾਲ ਕੰਮ ਕਰ ਰਹੇ ਆ, ਬਾਕੀ ਫੌਜ ਵੀ ਬੁਲਾਈ ਹੋਈ ਹੈ ਜੀ। ਨਾਭੇ ਲਈ ਵੀ ਅਲਰਟ ਕੀਤਾ ਕਿ ਜੇ ਸਾਨੂੰ ਜ਼ਰੂਰਤ ਪਈ ਤਾਂ ਫੌਜ ਸਾਨੂੰ ਪ੍ਰੋਵਾਈਡ ਕੀਤੀ ਜਾਵੇ, ਤਾਂ ਉਹ ਕਹਿੰਦੇ ਵੀ ਤੁਸੀਂ ਸਾਨੂੰ ਦੱਸ ਦਿਓ ਜੇ ਇਦਾਂ ਦੇ ਹਾਲਾਤ ਬਣਦੇ ਆ ਤਾਂ ਫੌਜ ਵੀ ਜਿਹੜੀ ਪ੍ਰੋਵਾਈਡ ਕਰ ਦੇਵਾਂਗੇ ਜੀ। ਕੱਲੇ ਕੱਲੇ ਪਿੰਡਾਂ ਦੇ ਵਿੱਚ ਜਾ ਰਹੇ ਮਾਨ ਸਾਹਿਬ? ਬਿਲਕੁਲ, ਜਿੱਥੇ ਜਿੱਥੇ ਵੀ ਪਾਣੀ ਦਾ ਅਸਰ ਹੈ ਜੀ, ਤਕਰੀਬਨ 15 ਤੋਂ 20 ਪਿੰਡ ਨੇ ਜਿਹੜੇ ਅਫੈਕਟਡ ਨੇ, ਜਿਹੜੇ ਡਰੇਨ ਦੇ ਕੰਢੇ ਤੇ ਨੇ, ਡਰੇਨ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਔਰ ਡਰੇਨ ਦੀ ਪਟਾਈ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਨਹੀਂ ਕਰਦੇ, ਜਿਹੜੇ ਪੁਰਾਣੇ ਠੇਕੇਦਾਰ ਨੇ, ਉਹਨਾਂ ਦੀ ਬਹੁਤ ਵੱਡੀ ਗਲਤੀ ਹੈ। ਪੈਸੇ ਟੈਂਡਰ ਲੱਗ ਜਾਂਦਾ ਜੀ ਔਰ ਪੈਸੇ ਜੇਬ 'ਚ ਪਾ ਕੇ ਤੂੰ ਕੌਣ ਤੇ ਮੈਂ ਕੌਣ, ਇਹ ਸਾਰੀਆਂ ਚੀਜ਼ਾਂ ਹੁਣ ਸਿੱਖਣ ਨੂੰ ਮਿਲਦਾ ਜੀ। ਜਿਹੜੀਆਂ ਕੋਈ ਗਲਤੀਆਂ ਨੇ ਉਹਨਾਂ ਨੂੰ ਹੋਰ ਸੁਧਾਰਾਂਗੇ, ਉਹ ਸਾਰੇ ਉੱਚੇ ਹੋਣ ਵਾਲੇ ਨੇ ਔਰ ਇੱਕ ਇੱਕ ਚੀਜ਼ ਦੀ ਰਿਪੋਰਟਿੰਗ ਕਰਕੇ, ਤਾਂ ਕਿ ਕਿਸਾਨ, ਇਹ ਜਿਹੜਾ ਨਜਾਇਜ਼ ਕਬਜ਼ੇ ਹੈ ਜੀ, ਨਜਾਇਜ਼ ਕਬਜ਼ੇ ਜਾਂ ਪਿੰਡਾਂ ਦੇ ਖਾਲਾਂ ਤੇ ਨਜਾਇਜ਼ ਕਬਜ਼ੇ ਕੀਤੇ ਪਏ ਆ, ਇਹਦਾ ਖਮਿਆਜ਼ਾ ਕਿਹਨੂੰ ਭੁਗਤਣਾ ਪੈਂਦਾ ਜੀ? ਦੂਜੇ ਕਿਸਾਨ ਜਿਨ੍ਹਾਂ ਦੀ ਜਿਹੜੀ ਪੁੱਤਾਂ ਵਾਂਗ ਪਾਲੀ ਫਸਲ ਆ ਉਹ ਬਰਬਾਦ ਹੋ ਜਾਂਦੀ ਹੈ ਔਰ ਇਹ ਖਮਿਆਜ਼ਾ ਭੁਗਤਣਾ ਪੈਂਦਾ ਸਰਕਾਰ ਨੂੰ, ਜਦੋਂ ਸਰਕਾਰ ਨੂੰ ਲੱਖਾਂ ਕਰੋੜਾਂ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਪੈਂਦਾ ਜੀ। ਠੀਕ ਹੈ ਜੀ, ਉਹ ਸਾਰਾ ਕੌਣ ਭੁਗਤ ਰਿਹਾ? ਸਿਰਫ 5-4 ਕਿਸਾਨਾਂ ਦੀ ਇਹ ਜਿਹੜੀ ਹੈ ਲਾਲਚ ਕਰਕੇ, ਨਜਾਇਜ਼ ਕਬਜ਼ਿਆਂ ਕਰਕੇ ਸਾਰਾ ਇਲਾਕਾ ਕਿਉਂ ਸੰਤਾਪ ਭੋਗੇ ਜੀ? ਇਸ ਕਰਕੇ ਜਿਹੜੇ ਵੀ ਨਜਾਇਜ਼ ਕਬਜ਼ੇ ਵਾਲੇ ਹੈਗੇ, ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਤੋਂ, ਚਾਹੇ ਉਹ ਡਰੇਨ ਆ, ਚਾਹੇ ਉਹ ਨਾਲੇ ਨੇ, ਚਾਹੇ ਕੱਸੀਆਂ ਨੇ, ਜੋ ਵੀ ਹੈਗਾ ਸਾਰੇ ਖਾਲੀ ਕਰਾਵਾਂਗੇ। ਤੁਹਾਡੇ ਢਿੰਗੀ ਪਿੰਡ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ, ਆਹ ਦੇਖੋ ਕੀ ਹਾਲ ਹੋਇਆ ਪਿਆ ਜੀ। ਕਸੂਰ ਕੀ ਹੈ ਜੀ ਕਿ ਜਿਹੜਾ ਜਿਹੜੀ ਡਰੇਨ ਆ ਮੇਨ, ਉਹਦੇ ਵਿੱਚ ਸੁੱਕੇ ਦਰਖਤ ਪਏ ਨੇ ਜੀ, ਉਹ ਜੰਗਲਾਤ ਵਿਭਾਗ ਦੀ ਡਿਊਟੀ ਬਣਦੀ ਹੈ ਜੀ। ਜੇ ਉਹ ਉੱਥੇ ਕਹਿ ਰਹੇ, ਲੋਕ ਕਹਿੰਦੇ ਜੀ ਅਸੀਂ ਹੱਥ ਲਾਈਏ ਪਰਚਾ ਕਰਾਉਂਦੇ, ਆਪ ਕਰਦੇ ਨਹੀਂ ਕੁਛ। ਠੀਕ ਹੈ ਜੀ, ਤੇ ਇਹਦੀ ਜਿਹੜੀ ਪਟਾਈ ਹੈ ਜੀ, ਉਹ ਪਟਾਈ ਹੋਣੀ ਚਾਹੀਦੀ ਹੈ। ਠੇਕੇਦਾਰ ਕੀ ਕਰਦੇ, ਉੱਪਰੋਂ ਕਾਈ ਕਾਈ ਸਾਫ਼ ਕਰਕੇ ਬਸ ਸਫਾਈ ਹੋ ਗਈ, ਸਫਾਈ ਹੋ ਗਈ। ਹੁਣ ਅਸੀਂ ਵੀ ਕਈ ਚੀਜ਼ਾਂ ਨਵੇਂ ਬਣੇ ਆ, ਕਈ ਚੀਜ਼ਾਂ ਅਸੀਂ ਸਿੱਖ ਰਹੇ ਹਾਂ, ਪੁਰਾਣੇ ਨੇ ਤਾਂ ਕੀਤਾ ਹੀ ਕੱਖ ਨਹੀਂ, ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਉਹ ਤਾਂ ਰਲੇ ਹੋਏ ਸੀ। ਉਹਨਾਂ ਦਾ ਤਜਰਬਾ ਵੀ ਵੱਧਦੇ ਤਾਂ ਵੀ ਨਹੀਂ ਕਰਦੇ, ਠੱਗੀ ਠੋਰੀ ਦਾ ਤਜਰਬਾ ਬਸ ਸੀ ਉਹਨਾਂ ਨੂੰ ਜੀ, ਪੈਸੇ ਪੂਸੇ ਖਾਣ ਦਾ ਵੱਧ ਤਜਰਬਾ ਜੀ, ਕਾਗਜ਼ਾਂ ਦੀ ਸੜਕਾਂ, ਕਾਗਜ਼ਾਂ ਦੀ ਸਫਾਈ। ਨਾਭੇ 'ਚ ਦੇਖ ਲਓ, ਨਾਭੇ 'ਚ ਪਹਿਲੀ ਵਾਰੀ ਹੋਇਆ 93 ਤੋਂ ਬਾਅਦ ਪਹਿਲੀ ਵਾਰ ਪਾਣੀ ਆਇਆ ਨਾ 30 ਸਾਲਾਂ ਬਾਅਦ। ਤੁਸੀਂ ਨਾਭੇ ਦੇ ਵਿੱਚ ਮੈਨੂੰ ਕਿਤੇ ਪਾਣੀ ਦਿਖਾਓ ਜੀ, ਬਿਲਕੁਲ ਸਾਫ਼ ਜਿਹੜੇ ਬੁੱਧ ਕਹਾਂ, ਬਿਲਕੁਲ ਨਾਭਾ ਬਿਲਕੁਲ ਸੁੱਕਾ ਪਿਆ ਜੀ, ਕਈ ਦਿਨ ਖੜਾ ਰਹਿੰਦਾ। ਹਾਲੇ ਅਸੀਂ ਸਿਰਫ 25% ਕੰਮ ਕੀਤਾ ਜੀ, ਅਜੇ 75% ਕੰਮ ਬਾਕੀ ਹੈ। ਜਦੋਂ ਉਹ ਵੀ ਕੰਮ ਕੰਪਲੀਟ ਹੋ ਗਿਆ, 101% ਗਰੰਟੀ ਹੈ ਕਿ ਨਾਭਾ ਦੇ ਵਿੱਚ ਪਾਣੀ ਜਿਹੜਾ 1-1.5 ਘੰਟੇ ਦੇ ਵਿੱਚ ਸਾਰਾ ਨਿਕਲ ਜਾਏਗਾ। ਜਿਹੜੇ ਨਵੇਂ ਸੂਏ ਨੇ ਇਹਨਾਂ ਦੇ ਪਾਣੀ ਨਹੀਂ ਆ ਰਿਹਾ ਜੀ, ਇਹਨਾਂ ਦੇ ਵਿੱਚ ਪਾਣੀ ਦਾ ਡਿਵਾਈਡ ਹੋ ਜਾਂਦਾ ਪਾਣੀ, ਇਹਨਾਂ 'ਚ ਜਿਹੜਾ ਨਾ ਜੀ ਪਿੱਛੋਂ ਜਦੋਂ ਪਾਣੀ ਦਾ ਬਹੁਤ ਜ਼ਿਆਦਾ ਬਹਾਅ ਜੀ, ਉਹਦੇ ਹਿਸਾਬ ਨਾਲ ਜਿਹੜੇ ਵੱਡੇ ਵੱਡੇ ਨਾਲੇ ਨੇ ਜਾਂ ਵੱਡੇ ਡਰੇਨਾਂ ਨੇ, ਵੱਡੀਆਂ ਨਹਿਰਾਂ ਨੇ, ਜਿਵੇਂ ਜੋੜੇ ਪੁਲ ਵਾਲੀ ਨਾਭਾ ਰੋਟੀ ਪੁਲ ਤੋਂ ਆ ਰਹੀ ਹੈ, ਇਹ 900 ਕਿਊਸਕ ਪਾਣੀ ਜਿਹੜਾ ਜੀ ਕਰਦੀ ਹੈ ਕਵਰ, ਉੱਥੇ 1000 ਤੱਕ ਚਲੇ ਗਿਆ ਸੀ। ਫਿਰ ਜਿਹੜੀ ਹੈਗੀ ਆ ਜੀ ਰੋਟੀ ਪੁਲ ਤੋਂ ਲੈ ਕੇ ਥੋਹੀ ਨੂੰ ਜਾਂਦੀ ਹੈ, ਉਹ 1500 ਕਿਊਸਕ ਪਾਣੀ ਉਹ ਕਰਦੀ ਹੈ ਜੀ, ਉਹਦੇ ਵਿੱਚ 1800 ਤੱਕ ਚਲੇ ਗਿਆ ਸੀਗਾ ਜੀ। ਹੁਣ ਪਾਣੀ ਜਿਹੜਾ ਘਟਣਾ ਸ਼ੁਰੂ ਹੋ ਗਿਆ, ਜਿਹੜੀ ਹੁਣ ਆਹ ਜਿਹੜੀ ਜੋੜੇ ਪੁਲਾਂ ਵਾਲੀ ਜਿਹੜੀ ਆ ਰਹੀ ਹੈ ਰੋਟੀ ਵਾਲੇ ਪੁਲ ਨੂੰ, ਉਹਦੀ 900 ਸੀਗੀ, ਹੁਣ 250 ਰਹਿ ਗਈ ਜੀ। ਠੀਕ ਹੈ, ਜਿਹੜੀ ਥੋਹੀ ਵਾਲੀ ਹੈ ਉਹ ਵੀ 700-800 ਤੇ ਆ ਗਈ ਹੈ, ਪਾਣੀ ਤਾਂ ਥੱਲੇ ਜਾ ਰਿਹਾ। ਪਰ ਇਹ ਜਿਹੜੀ ਇੱਕ ਸਿਸਮਾ ਕੋਈ ਦਰਿਆ ਕਹਿੰਦੇ ਉੱਪਰ ਸੀਗਾ, ਕੋਈ ਨਦੀ ਕੋਈ ਉਹ ਟੁੱਟੀ ਜੀ, ਉਹਦੇ ਕਰਕੇ ਸਾਰਾ ਨੁਕਸਾਨ ਹੋਇਆ ਜੀ। ਇਹ ਕੱਲਾ ਨੁਕਸਾਨ ਨਾਭੇ ਨੂੰ ਨਹੀਂ ਜੀ, ਫਤਿਹਗੜ੍ਹ ਸਾਹਿਬ, ਪੰਜਾਬ ਪੱਧਰ ਤੇ ਅੱਗੇ ਸੰਗਰੂਰ,
हरियाणे तक जी पाकिस्तान तक बहुत वड्डा नुकसान जिहड़ा जी ओह होया जी दा ताइफन तो किसानां नूं मुआवजा दित्ता जाऊगा बिल्कुल किसानां नाल खड़ी है सरकार असीं बिल्कुल जी पहल दे आधार ते जिहड़े भी किसान जिहड़े अफेक्टेड ने जिन्हां दा नुकसान होया उन्हां नूं बनदा मुआवजा जिहड़ा सरकार बिल्कुल देवेगी साडे मुख्यमंत्री साहब ने भी अज ट्वीट कीता जी कि सरकार किसानां नाल खड़ी है किसानां दी पूरी मदद करांगे असीं जो भी मुआवजा बनदा दित्ता जाए कोई नाबे हलके दे विच घर जां कोई जानी नुकसान होण तों बचा हैगा हले तक तां कोई जानी माली नुकसान की कोई खबर नहीं आई है ना कोई मकान डिगण की खबर आई हले तक तां सच्चे पातशाह की कृपा और जिला पटियाले दे विच कल्ला कि नाभा विधानसभा ही है जिहड़ा काफ़ी हद तक सेफ है जी ਇਹ ਵੀ ਆਪਾਂ ਡਰੇਨ ਦੇ ਕੰਢੇ ਖੜੀ ਇੱਥੇ ਪਾਣੀ ਹੈ ਬਾਕੀ ਨਾਭਾ ਸਾਰਾ ਸੁੱਕਾ ਪਿਆ ਭਗਵੰਤ ਸਿੰਘ ਮਾਨ ਖੁਦ ਵੀ ਰਿਐਲਿਟੀ ਚੈੱਕ ਕਰਨੇ ਪਿੰਡਾਂ ਦੇ ਵਿੱਚ ਪਾਣੀ ਦੇਖੋ ਪਹਿਲੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਹੋਰੀ ਜਿਹੜੇ ਆਪ ਗਰਾਊਂਡ ਲੈਵਲ ਤੇ ਤੁਰੇ ਫਿਰਦੇ ਆ ਨਹੀਂ ਤੇ ਪਹਿਲਾਂ ਤਾਂ ਹੈਲੀਕਾਪਟਰਾਂ ਤੇ ਆਉਂਦੇ ਸੀ ਹਾਂ ਜੀ ਫਲਾਣੇ ਨੇ ਸਰਵੇ ਕੀਤਾ ਮਹਿਲਾਂ ਦੇ ਵਿੱਚੋਂ ਹੀ ਉੱਥੇ ਬੈਠੇ ਬੈਠੇ ਹੀ ਦੋ ਤਿੰਨ ਫੋਟੋਾਂ ਖਿੱਚ ਕੇ ਉਹੀ ਪਾਈ ਜਾਣੀਆਂ ਅਖਬਾਰਾਂ 'ਚ ਪਾ ਦੇਣੀਆਂ ਅੱਜ ਤਾਂ ਮੈਨੂੰ ਅੱਜ ਤੀਜਾ ਦਿਨ ਹੈ ਜੀ ਲਗਾਤਾਰ ਆਪ ਦੇਖੋ ਨਿੱਕਰ ਦੇ ਵਿੱਚ ਤੁਰੇ ਫਿਰਦੇ ਆ ਜੀ ਰੋਟੀ ਪਾਣੀ ਛੱਡੀ ਫਿਰਦੇ ਆ ਜਿੱਥੇ ਕੋਈ ਮਿਲਦਾ ਮਾੜਾ ਮੋਟਾ ਕੁਝ ਖਾ ਲਈਦਾ ਜੀ ਦਿਨ ਰਾਤ ਲੱਗੇ ਪਏ ਆ ਤਾਂ ਕਿ ਜਿਹੜਾ ਨੁਕਸਾਨ ਆ ਜਿਹੜਾ ਇਹਦਾ ਹੌਸਲਾ ਦੇ ਕੇ ਰੱਖੀਏ ਔਰ ਹਰੇਕ ਕਿਸਾਨ ਦੇ ਮੋਢੇ ਦੇ ਹੱਥ ਰੱਖ ਕੇ ਨੂੰ ਹੌਸਲਾ ਦੇ ਰਹੇ ਆ ਕਿ ਭਾਈ ਤੁਹਾਡੇ ਨਾਲ ਖੜੇ ਆ ਆ ਭਾਈ ਸਾਹਿਬ ਖੜੇ ਨੇ ਠੀਕ ਹੈ ਨਾ ਇਹਨਾਂ ਦੀ ਜ਼ਮੀਨ ਆ ਸਾਰੀ ਜਿੱਥੇ ਖੜੇ ਇਹਨਾਂ ਨੂੰ ਕਿਹਾ ਕਿ ਕੋਈ ਫਿਕਰ ਨਾ ਕਰੋ ਤੁਹਾਡੀ ਪ੍ਰੋਪਰ ਗਿਰਦਾਵਰੀ ਕਰਾ ਕੇ ਜੋ ਤੁਹਾਡਾ ਬਣਦਾ ਹੱਕ ਹੈ ਕਿ ਸਰਕਾਰ ਉਹਨਾਂ ਖਰਚਾ ਤਾਂ ਨਹੀਂ ਦੇ ਸਕਦੀ ਇਹਨਾਂ ਬਣਦਾ ਪਰ ਜੋ ਮੁਆਵਜ਼ਾ ਬਣਦਾ ਜੋ ਤੁਹਾਡਾ ਜੈਨੂ ਤਰੀਕੇ ਨਾਲ ਸਹਾਇਤਾ ਕਰ ਸਕੇ ਬਿਲਕੁਲ ਬਿਲਕੁਲ ਜੀ ਤੇ ਪੰਜਾਬ ਦੇ ਲੋਕਾਂ ਜਾਂ ਨਾਭੇ ਹਲਕੇ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਬੇਨਤੀ ਕਰਦਾ ਕਿ ਨਾ ਅਫਵਾਹਾਂ ਬੜੀਆਂ ਫਲਾ ਰਹੇ ਜੀ WhatsApp ਗਰੁੱਪਾਂ ਦੇ ਵਿੱਚ ਉੱਥੋਂ ਨਾਲ ਵੱਢਤੀ ਜੀ ਐ ਨੂੰ ਪਾਣੀ ਆ ਗਿਆ ਜੀ ਐ ਨੂੰ ਆ ਗਿਆ ਜੀ ਉੱਥੇ ਫੋਨ ਕਰਦੇ ਆ ਪੈਨਿਕ ਹੋ ਜਾਂਦੇ ਆ ਅਫਵਾਹਾਂ ਤੋਂ ਬਚੋ ਸਥਿਤੀ ਅੰਡਰ ਕੰਟਰੋਲ ਹੈ ਪਾਣੀ ਹੌਲੀ ਹੌਲੀ ਜਿਹੜਾ ਜੀ ਆਪਣੇ ਦੇਖਦੇ ਦੇਖਦੇ ਮੈਂ ਕਿਹਾ 1 ਇੰਚ ਪਾਣੀ ਘਟ ਗਿਆ ਜੀ ਠੀਕ ਹੈ ਨਾ ਪਾਣੀ ਘਟ ਰਿਹਾ ਜੀ ਪਰ ਫਤਿਹਗੜ੍ਹ ਸਾਹਿਬ ਤੋਂ ਵੀ ਪਾਣੀ ਘਟਣਾ ਸ਼ੁਰੂ ਹੋ ਗਿਆ 2-3 ਘੰਟੇ ਬਾਅਦ ਨਾਭੇ 'ਚ ਵੀ ਘਟਣਾ ਸ਼ੁਰੂ ਹੋਗਾ ਉਸ ਤੋਂ ਬਾਅਦ ਅੱਗੇ ਸੰਗਰੂਰ ਸੁਨਾਮ ਸਾਰੇ ਕਿਤੇ ਘਟ ਜਾਣਾ ਜੀ ਮੰਨ ਲਓ ਸਵੇਰ ਤੱਕ ਅਫਵਾਹਾਂ ਦੇ ਵਿੱਚ ਆਪਾਂ ਨਾ ਜਾਓ ਜਿਹੜੇ ਖੇਤ ਨੀਵੇਂ ਨੇ ਸਿਰਫ ਉੱਥੇ ਪਾਣੀ ਰਹਿ ਜਾਣਾ ਬਾਕੀ ਜਿਹੜਾ ਖੇਤ ਜਮੇ ਠੀਕ ਆ ਉਹ ਪਾਣੀ ਸਾਰਾ ਹੀ ਅੱਗੇ ਨਿਕਲ ਜਾਣਾ ਤੁਹਾਨੂੰ ਨਹੀਂ ਲੱਗਦਾ ਲੋਕਾਂ ਨੂੰ ਵੀ ਥੋੜਾ ਥੋੜਾ ਸਾਥ ਦੇਣਾ ਚਾਹੀਦਾ ਲੋਕ ਜੋ ਮੈਂ ਤਾਂ ਜਿੰਨੇ ਕਿਸਾਨ ਦੇ ਇੱਥੇ ਬੰਦੇ ਨੇ ਸਭ ਨੂੰ ਬੇਨਤੀ ਕਰਦਾ ਅੱਜ ਮੇਰੇ ਦਫ਼ਤਰ ਦੇ ਬਾਹਰ ਧਰਨਾ ਲਾਈ ਬੈਠੇ ਆ ਠੀਕ ਹੈ ਨਾ ਜੀ ਆਪਾਂ ਮਦਦ ਕਰੀਏ ਇੱਕ ਦੂਜੇ ਦੀ ਆਪਾਂ ਇਹ ਧਰਨੇ ਦਾ ਟਾਈਮ ਥੋੜਾ ਜੀ ਆਪਾਂ ਮਦਦ ਕਰੀਏ ਇੱਕ ਦੂਜੇ ਦੀ ਇੱਕ ਦੂਜੇ ਦਾ ਸਹਾਰਾ ਬਣੀਏ ਇਹ ਟਾਈਮ ਹੀ ਇਦਾਂ ਦਾ ਜੀ ਠੀਕ ਹੈ ਨਾ ਸਰਕਾਰ ਤੁਹਾਡੇ ਨਾਲ ਖੜੀ ਹੈ ਔਰ ਉਹ ਧਰਨਾ ਕਰਦਾ ਵੀ ਉੱਥੋਂ ਜੀ ਨਹਿਰ ਵੱਢਤੀ ਜੀ ਉੱਥੋਂ ਮੈਂ ਉਹ ਜਦੋਂ ਮੈਂ ਡੀਸੀ ਸਾਹਿਬ ਨੂੰ ਪੁੱਛਿਆ ਐਸਡੀਐਮ ਸਾਹਿਬ ਨੂੰ ਪੁੱਛਿਆ ਐਸਡੀਐਮ ਸਾਹਿਬ ਨੂੰ ਪੁੱਛਿਆ ਡਿਪਾਰਟਮੈਂਟ ਨੂੰ ਪੁੱਛਿਆ ਕਹਿੰਦੇ ਕੋਈ ਨਹਿਰ ਨਹੀਂ ਵੱਢੀ ਕਹਿੰਦੇ ਸਾਨੂੰ ਭੁਲੇਖਾ ਪੈ ਗਿਆ ਜੀ ਲੈ ਦੱਸੋ ਪਹਿਲਾਂ ਕਈ ਚੀਜ਼ਾਂ ਮਿਸਗਾਈਡ ਕਰਕੇ ਆਪਾਂ ਜਾਣ ਬੁੱਝ ਕੇ ਆਪਾਂ ਕਿਸੇ ਦੀਆਂ ਗੱਲਾਂ 'ਚ ਆ ਜਾਂਦੇ ਹਾਂ ਕੱਚੇ ਕਰਨੇ ਆਪਾਂ ਕਿਸੇ ਦੀ ਸੁਣ ਕੇ ਗੱਲ ਅੱਗੇ ਤੋਂ ਅੱਗੇ ਫੋਨ ਕਰਤਾ ਕਹਿੰਦੇ WhatsApp 'ਚ ਪਾਇਆ ਲੈ ਵੀ ਆ ਨਾਭੇ ਵਾਲੀ ਟੁੱਟੀ ਨਹਿਰ ਉਦਾਂ ਹੀ ਵੀ ਨਹਿਰ ਟੁੱਟ ਗਈ ਪੈ ਗਏ ਦੋ ਪਾੜ ਉਹ ਕੁਛ ਵੀ ਨਹੀਂ ਹੋਇਆ ਹੁੰਦਾ ਇਦਾਂ ਦਾ ਜੀ ਅੱਗੇ ਤੋਂ ਅੱਗੇ ਸ਼ੇਅਰ ਕਰੀ ਜਾਂਦੇ ਉਹ ਪੈਨਿਕ ਕ੍ਰੀਏਟ ਹੋ ਜਾਂਦਾ ਇਸ ਚੀਜ਼ਾਂ ਦੇ ਸਾਨੂੰ ਥੋੜਾ ਜਿਹਾ ਸਿਆਣਪ ਦੀ ਜ਼ਰੂਰਤ ਹੈ।